ਫਾਜ਼ਿਲਕਾ ਦੇ ਪਿੰਡ ਕੋਈਖੇੜਾ ਦੇ ਵਿੱਚ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਲਗਾਇਆ ਗਿਆ ਕਿਤਾਬਾਂ ਦਾ ਲੰਗਰ, ਵੰਡਿਆ ਜਾ ਰਿਹਾ ਗਿਆਨ। ਫਾਜ਼ਿਲਕਾ ਦੇ ਪਿੰਡ ਕੋਈਖੇੜਾ ਦੇ ਵਿੱਚ ਬਣੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਅੱਜ ਪਿੰਡ ਦੇ ਬੱਸ ਸਟੈਂਡ ਤੇ ਗਿਆਨ ਰੂਪੀ ਕਿਤਾਬਾਂ ਦਾ ਲੰਗਰ ਲਗਾਇਆ ਗਿਆ। ਇਸ ਦੇ ਨਾਲ ਹੀ ਇੱਥੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਕੂਲ ਦੀ ਟੀਚਰ ਸਵਿਤਾ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਅੱਜ ਗਿਆਨ ਦਾ ਲੰਗਰ ਲਗਾਇਆ ਗਿਆ ਅਤੇ ਲੋਕਾਂ ਨੂੰ ਗਿਆਨ ਦੇ ਖਜ਼ਾਨੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅੱਜ ਵੱਖ ਵੱਖ ਪੁਸਤਕਾਂ ਇੱਥੇ ਰੱਖੀਆਂ ਗਈਆਂ ਹਨ ਅਤੇ ਲੋਕਾਂ ਨੂੰ ਪੁਸਤਕਾਂ ਦੇ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਉਹਨਾਂ ਵੱਲੋਂ ਇਹ ਲਾਇਬ੍ਰੇਰੀ ਲੰਗਰ ਇੱਥੇ ਲਗਾਇਆ ਗਿਆ ਜਿਸ ਦਾ ਫਾਇਦਾ ਲੋਕਾਂ ਨੂੰ ਮਿਲੇਗਾ। ਕੀ ਨਾਮ ਹੈ? ਸਵਿਤਾ। ਕਿਸ ਤਰ੍ਹਾਂ ਦਾ ਜਿਹੜਾ ਬੁੱਕ ਵਗੈਰਾ ਲਗਾਈ ਹੁੰਦੀ ਹੈ, ਮੇਲਾ ਲਗਾਇਆ ਜਾਂਦਾ? ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਈਖੇੜਾ ਵੱਲੋਂ ਗਿਆਨ ਰੂਪੀ ਮੇਲਾ ਲਗਾਇਆ ਗਿਆ ਹੈ, ਲਾਇਬ੍ਰੇਰੀ ਲੰਗਰ। ਲਾਇਬ੍ਰੇਰੀ ਵਿੱਚ ਬੱਚਿਆਂ ਦੇ ਗਿਆਨ ਦੀ ਜਿਹੜੀ ਪਿਆਸ ਹੈ ਬੁਝਾਉਣ ਵਾਸਤੇ, ਗਿਆਨ ਹੋਰ ਵਧੇਰੇ ਉਗਾੜਨ ਵਾਸਤੇ ਜਿਹੜਾ ਮੇਲਾ ਲਗਾਇਆ ਗਿਆ ਹੈ, ਤਾਂ ਕਿ ਬੱਚੇ ਵੱਧ ਤੋਂ ਵੱਧ ਇਸ ਗਿਆਨ ਨੂੰ ਪ੍ਰਾਪਤ ਕਰਨ ਅਤੇ ਆਪਣੇ ਜੀਵਨ ਨੂੰ ਰੋਸ਼ਨਾਉਣ। ਕਿੰਨੀਆਂ ਬੁੱਕਸ ਨੇ ਜਿਹੜੀਆਂ ਤੁਹਾਡੇ ਵੱਲੋਂ ਮੇਲੇ 'ਚ? 8 ਨੇ ਸਰ, ਗਿਣਤੀ ਨਹੀਂ ਇਹਨਾਂ ਦੀ, ਕਿਉਂਕਿ ਇਹ ਕੇਵਲ ਇੱਥੇ ਬਾਹਰ ਨਹੀਂ ਲਗਾਇਆ ਗਿਆ, ਸਕੂਲ ਦੇ ਵਿੱਚ ਵੀ ਲਗਾਇਆ ਗਿਆ ਮੇਲਾ ਹੈ। ਜਿਹੜੇ ਬਾਹਰ ਲੋਕ ਆਉਂਦੇ ਜਾਂਦੇ ਹਨ, ਜਿਹੜੇ ਬੱਚੇ ਸਕੂਲ ਨਹੀਂ ਆ ਪਾ ਰਹੇ, ਉਹਨਾਂ ਨੂੰ ਇਹਨਾਂ ਚਾਨਣਾ ਹੋਏ ਕਿ ਸਾਡੇ ਜਿਹੜਾ ਸਕੂਲ ਦੇ ਵੱਲੋਂ ਗਿਆਨ ਰੂਪੀ ਜਿਹੜਾ ਮੇਲਾ ਲਗਾਇਆ ਹੈ, ਤਾਂ ਕਿ ਉਹਦੇ 'ਚ ਵੱਧ ਚੜ੍ਹ ਕੇ ਭਾਗ ਲੈ ਸਕਣ। ਕਿੰਨੇ ਲੋਕਾਂ ਨੇ ਭਾਗ ਲਿਆ? ਸਾਰੇ ਸਕੂਲ ਦੇ ਸਟਾਫ ਨੇ ਲਿਆ ਹੈ। ਔਰ ਲੋਕਾਂ ਵੱਲੋਂ ਹਾਲੇ ਕਾਫੀ ਲੋਕ ਆ ਰਹੇ ਨੇ ਸਰ, ਜਦੋਂ ਦੇ ਅਸੀਂ ਆਏ ਹਾਂ, ਬੱਚੇ ਅਤੇ ਪਿੰਡ ਦੇ ਲੋਕ ਵੀ ਕਾਫੀ ਇਹਦੇ ਤੋਂ ਪ੍ਰਭਾਵਿਤ ਹੋ ਰਹੇ ਨੇ ਸਰ।